ਅਸਲਾਮ ਵਾਲੇਕਮ ਦੋਸਤੋ ਤੁਸਾਂ ਵੇਦੇ ਪਿਓ ਬਿਊਟੀਫੁੱਲ ਵਲੌਗ ਅੱਜ ਦਾ ਜਿਹੜਾ ਦਿਨ ਹੈ 14 ਮਾਰਚ ਉਹ ਕਲਚਰ ਡੇ ਦੇ ਹਵਾਲੇ ਦੇ ਨਾਲ ਮਨਾਇਆ ਜਾ ਰਿਹਾ ਤੇ ਸਾਡਾ ਜਿਹੜਾ ਸੋਹਣਾ ਪੰਜਾਬ ਏ ਇਹਦਾ ਸੋਹਣਾ ਕਲਚਰ ਇਸ ਦੇ ਬਾਰੇ ਮੈਂ ਕੁਝ ਅਹਿਮ ਪੈਗਾਮ ਜਿਹੜਾ ਹੈ ਤੁਹਾਡੇ ਗੋਸ਼ ਗੁਜ਼ਾਰ ਕਰਨਾ ਚਾਹਨਾ ਤੇ ਤੁਹਾਨੂੰ ਸੁਣਾਉਣਾ ਚਾਹਨਾ ਅਗਰ ਤੁਸਾਂ ਮੇਰੇ ਇਸ ਚੈਨਲ ਦੇ ਉੱਤੇ ਨਵੇਂ ਹੋ ਤੇ ਪਹਿਲੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਿਹੜਾ ਹੈ ਉਸ ਨੂੰ ਵੀ ਦਬਾ ਦਿਓ ਤਾਂ ਕਿ ਜੋ ਵੀ ਨੋਟੀਫਿਕੇਸ਼ਨ ਆਵੇਂ ਤਾਂ ਇਹ ਵੀਡੀਓ ਜਿਹੜੀਆਂ ਤੁਹਾਰੇ ਤੱਕ ਪਹੁੰਚਦੀਆਂ ਰਾਵਾਂ ਇਸ ਤਰ੍ਹਾਂ ਮੇਰੀ ਹੌਸਲਾ ਅਫਜ਼ਾਈ ਹੋਵੇ ਸੀ ਤੇ ਮੈਂ ਇਹਦੇ ਵਿੱਚ ਮਜ਼ੀਦ ਹਿੰਮਤ ਪੈਦਾ ਹੋਸੀ ਕਿ ਮੈਂ ਤੁਹਾਡੇ ਨਾਲ ਵੀਡੀਓ ਜਿਹੜੀਆਂ ਨੇ ਉਹ ਸ਼ੇਅਰ ਕਰਦਾ ਰਾਵਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਜਿਹੜਾ ਇਸ ਦਾ ਕਲਚਰ ਸਾਡੇ ਧਿਆਤਾਂ ਦਾ ਕਲਚਰ ਬੜਾ ਹੀ ਖੂਬਸੂਰਤ ਤੇ ਸੋਹਣਾ ਕਲਚਰ ਹੈ ਇਸ ਸੁਭਾ ਪੰਜਾਬ ਦੇ ਲੋਕ ਜਿਹੜੇ ਨੇ ਬੜੇ ਸਾਦਾ ਲੋਕ ਨੇ ਬਿਲ ਖਸੂਸ ਜਿਹੜਾ ਸਾਡਾ ਧਿਆਤੀ ਕਲਚਰ ਹੈ ਜਾਂ ਪੂਰੇ ਪੰਜਾਬ ਦਾ ਕਲਚਰ ਹੈ ਤੁਹਾਨੂੰ ਪਤਾ ਹੈ ਸ਼ਲਵਾਰ ਕਮੀਜ਼ ਧੋਤੀ ਕੁਲਾ ਪਾਉਣਾ ਇਸ ਤੋਂ ਥਨਪੱਤੇ ਅੱਜ ਮੈਨੇ ਮੈਂ ਵੀ ਕੁਲਾ ਪਾਇਆ ਹੋਇਆ ਉਸ ਤੋਂ ਇਲਾਵਾ ਸ਼ਲਵਾਰ ਕਮੀਜ਼ ਯਾਨੀ ਪਗ ਬਨਣੀ ਔਰ ਉਸ ਤੋਂ ਇਲਾਵਾ ਜਨਾਬ ਸਾਦਾ ਗਿਜ਼ਾਵਾ ਸਾਗ ਸਾਦਾ ਇਤੋਂ ਦੀ ਦਿਹਾੜ ਦੀ ਇੱਕ ਸਾਲਾ ਨੇ ਸਾਗ ਲੱਸੀ ਦੁੱਧ ਮੱਖਣ ਉਸ ਤੋਂ ਇਲਾਵਾ ਹੋਰ ਦਿਹਾਤੀ ਲੋਕ ਜਿੰਨੋਂ ਮਿਲ ਬਾਂਦੇ ਨੇ ਤੇ ਉਸ ਤੋਂ ਇਲਾਵਾ ਆਪਸ ਦੇ ਵਿੱਚ ਦੁੱਖ ਸੁੱਖ ਵੰਡਾਉਣ ਦੀਆਂ ਗੱਲਾਂ ਕਰਦੇ ਨੇ ਉਸ ਤੋਂ ਇਲਾਵਾ ਜਨਾਬ ਇਹ ਵਾਲਾ ਕੁਝ ਐਸੀਆਂ ਬੋਲੀਆਂ ਨੇ ਦਿਹਾੜ ਦੀਆਂ ਸਾਦਾ ਬੋਲੀਆਂ ਤੇ ਜਿਹੜੀਆਂ ਕੰਨਾਂ ਦੇ ਵਿੱਚ ਰਸ ਗੋਲਦੀਆਂ ਨੇ ਫਿਰ ਤੁਸੀਂ ਜਿਹੜੇ ਵਿਆਤਨ ਦੀ ਸੈਰ ਕਰੋ ਇਸ ਪੰਜਾਬ ਦੇ ਸੋਹਣੇ ਸੋਹਣੇ ਇਲਾਕਿਆਂ ਦੀ ਸੈਰ ਕਰੋ ਤੇ ਲੋਕਾਂ ਨਾਲ ਮਿਲੋ ਤਾਂ ਉਥੋਂ ਦੇ مختلف ਇਲਾਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਗੱਲਾਂ ਦਿਲ ਦੇ ਉੱਤੇ ਬੜਾ ਅਸਰ ਕਰਦੀਆਂ ਨੇ ਉਸ ਤੋਂ ਇਲਾਵਾ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਾਵਾਂ ਕਿ ਬੋਲੀ ਕੀ ਹੁੰਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਅਸੀਂ ਪੰਜਾਬ ਦੇ ਵਿੱਚ ਰਵਣ ਆਲੇ ਆ ਤੇ ਤੁਹਾਨੂੰ ਪਤਾ ਹੈ ਇੱਕ ਮਾਂ ਜਿਹੜੀ ਉਹਦੇ ਪੁੱਤਰ ਹੁੰਦੇ ਨੇ ਹਰ ਪੁੱਤਰ ਨੂੰ ਅੱਲਾਹ ਤਾਲਾ ਨੇ ਇੱਕ ਵੱਖਰੀ ਵੱਖਰੀ ਕੁਆਲਿਟੀ ਤੇ ਖੂਬੀ عطا ਕੀਤੀ ਹੁੰਦੀ ਹੈ ਇਸੇ ਤਰ੍ਹਾਂ ਇਹ ਜਿਹੜੀ ਪੰਜਾਬੀ ਬੋਲੀ ਹੈ ਇਸ ਦੀਆਂ ਵੀ ਕਈ ਸ਼ਾਖਾਂ ਨੇ ਕੋਈ ਬੰਦੇ ਓਡਾਂ ਦੀ ਬੋਲੀ ਬੋਲਦੇ ਨੇ ਕੋਈ ਪਠਾਨ ਅਰਮਾਨ ਵਾਲੇ ਜਿਹੜੇ ਉਹ ਪੰਜਾਬੀ ਵੀ ਬੋਲ ਲੈਂਦੇ ਲੇਕਿਨ ਉਹਨਾਂ ਦਾ ਆਪਣੀ ਜ਼ੁਬਾਨ ਦਾ ਅਸਰ ਵੀ ਨਾਲ ਹੁੰਦਾ ਹੈ ਮੁxtਲਫ ਕੌਮਾਂ ਤੇ ਕਬੀਲੇ ਤੇ ਜੋ ਵੀ ਹਨ ਉਹਨਾਂ ਨੇ ਆਪਣੀਆਂ ਆਪਣੀਆਂ ਬੋਲੀਆਂ ਨੇ ਔਰ ਇਹ ਤੁਹਾਨੂੰ ਦੱਸਦਾ ਜਾਵਾਂ ਕਿ ਹਰ 10 ਜਾਂ 20 ਕਿਲੋਮੀਟਰ ਤੋਂ ਬਾਅਦ ਬੋਲੀ ਦੇ ਵਿੱਚ ਥੋੜਾ ਜਿਹਾ ਫਰਕ ਆਂਦਾ ਹੈ ਉਦੀ ਇੱਕ ਵਜ੍ਹਾ ਹੁੰਦੀ ਏ ਕਿ ਕੋਈ ਵੀ ਜਗ੍ਹਾ ਲੈ ਲਓ ਕੋਈ ਵੀ ਸ਼ਹਿਰ ਜਾਂ گاؤں ਲੈ ਲਓ ਉੱਥੋਂ ਆਲੇ ਦੁਆਲੇ ਦੇ ਲੋਕ ਸੱਜੇ ਖੱਬੇ ਦੇ ਲੋਕ ਉੱਥੇ ਆਣ ਕੇ ਵਸਨੀਕ ਬਣਦੇ ਨੇ ਵਸਦੇ ਨੇ ਤੇ ਉਹ ਜਿਸ ਜਗ੍ਹਾ ਤੋਂ ਆਉਂਦੇ ਨੇ ਉੱਥੋਂ ਦੇ ਅਸਰਾਂਤ ਉੱਥੋਂ ਦੀ ਜ਼ੁਬਾਨ ਦੇ ਅਸਰਾਂਤ ਕੁਝ ਜਿਹੜੇ ਲੈ ਕੇ ਆਉਂਦੇ ਨੇ ਉਹ ਉਹਨਾਂ ਦੀ ਬੋਲੀ ਦੇ ਵਿੱਚ ਥੋੜੀ ਥੋੜੀ ਤਬਦੀਲੀ ਪੈਦਾ ਕਰਦੇ ਨੇ ਮਤਲਬ ਹੈ ਕਿ ਮਾਚਸ ਜਿਹਨੂੰ ਉਰਦੂ 'ਚ ਕਹਿੰਦੇ ਨੇ ਸਾਡੇ ਕੋਲ ਪੰਜਾਬੀ ਵਿੱਚ ਕੁਝ ਲੋਕ ਦੱਬੀ ਤਿਲੀਆਂ ਵਾਲੀ ਕਹਿੰਦੇ ਨੇ ਕਿ ਐਸਾ ਇਲਾਕਾ ਜਿੱਥੇ ਉਸਨੂੰ ਗੋਟਾ ਆਦੇ ਨੇ ਇਸੇ ਤਰ੍ਹਾਂ ਹੋਰ ਬੇਤੇਰੀਆਂ ਚੀਜ਼ਾਂ ਨੇ ਇੱਕ ਸਾਡੇ ਕੁਝ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਪੀਤੀ ਆਦੇ ਨੇ ਉਸ ਤੋਂ ਇਲਾਵਾ ਕੁਝ ਲੋਕ ਤਰਬੂਜ਼ ਆਦੇ ਨੇ ਔਰ ਸਰਗੋਦਾ ਕੋਟ ਮੁਮਨ ਅਲੀ ਸਹਿਰ ਦੇ ਇਸ ਵਿੱਚ ਹਿੰਦਵਾਣਾ ਆਦੇ ਨੇ ਰਿੰਡੀ ਅਸੀਂ ਕਹਿੰਦੇ ਆ ਖਰਬੂਜ਼ੇ ਨੂੰ ਤੇ ਉਰਦੂ ਚ ਖਰਬੂਜ਼ਾ ਕਹਿੰਦੇ ਨੇ ਤੇ ਕੁਝ ਲੋਕ ਇਸ ਨੂੰ ਕੱਕੜੀ ਆਦੇ ਨੇ ਇਸ ਤਰ੍ਹਾਂ ਹੋਰ ਵੀ ਬੇਤੇਰੀਆਂ ਗੱਲਾਂ ਨੇ ਕਿ ਇਹ ਬੋਲੀ ਏ ਇਹ ਬੋਲੀ ਦੇ ਵਿੱਚ ਫਰਕ ਏ ਤੇ ਮੈਂ ਇੱਕ ਤੁਹਾਨੂੰ ਚੌਕੀ ਅਹਿਮਦ ਨਦੀਮ ਕਾਸਮੀ ਖੁਸ਼ਾਬ ਦੇ ਮਸ਼ਹੂਰ ਸ਼ਾਇਰਾਂ ਉਹਨਾਂ ਦੀ ਇੱਕ ਪੰਜਾਬੀ ਦੇ ਵਿੱਚ ਨਜ਼ਮ ਕਿ ਮੇਰੇ ਸਾਰੇ ਕੰਮ ਕਸੂਤਰੇ ਮੇਰੀ ਸਾਰੀ ਖੇਡ ਅਪੁੱਠ ਮੈਂ ਢੂੰਡਾਂ ਅੰਤ ਜ਼ਮੀਨ ਦਾ ਅਤੇ ਅਸਮਾਨਾਂ ਦੀ ਗੁੱਠ ਇਸੇ ਤਰ੍ਹਾਂ ਮਨੀਰ ਨਿਆਜ਼ੀ ਹੋਰਾਂ ਦੀ ਜਿਹੜੀ ਸ਼ੈਰੀ ਉਸ ਦੇ ਵਿੱਚ ਇੱਕ ਬੜਾ ਰੰਗ ਝਲਕਦਾ ਹੈ ਜਿਸ ਤਰ੍ਹਾਂ ਉਹਨਾਂ ਦੇ ਇੱਕ ਸ਼ੇਰ ਹੈ ਕਿ ਉੱਚੀਆਂ ਇੱਕ ਨਜ਼ਮ ਹੈ ਕਿ ਉੱਚੀਆਂ ਕੰਨਾਂ ਉੱਤੇ ਦਿਸਣ ਛੱਟਾਂ ਲਾਲ ਫੁوار ਦੀਆਂ ਅੱਧੀ ਰਾਤੀ ਬੂਵੇ ਖੜਕਨ ਡੈਣਾ ਚੀਕਾਂ ਮਾਰਦੀਆਂ ਇਧਰੋਂ ਉਧਰੋਂ ਲੁੱਕ ਲੁੱਕ ਹਸਨ ਸ਼ਕਲਾਂ ਸ਼ਹਿਰੋਂ ਪਾਰ ਦਿਆਂ ਕਬਰਿਸਤਾਨ ਦੇ ਰਸਤੇ ਦਸਣ ਕੂਕਾਂ ਪਹਿਰੇਦਾਰ ਦੀਆਂ ਇਸੇ ਤਰ੍ਹਾਂ ਬਾਕੀ ਸਿੱਦੀਕੀ ਹੋਰਾਂ ਦੀ ਜਿਹੜੀ ਸ਼ਾਇਰੀ ਹੈ ਜਿਹਨੂੰ ਪਿੰਡੂ ਰਹਿਤਲ ਦਾ ਮੁਸਵਰਾ ਕਿਹਾ ਜਾਂਦਾ ਹੈ ਕਿ ਮਾਂ ਗਹਿਣੇ ਦਸ ਨ ਅੰਬੜੀਏ ਮੈਂ ਬੁੱਸੀ ਬਾਣੀ ਚੰਗੀ ਇਹ ਟਿੱਕਾ ਮੱਥਾ ਸਾੜਸੀ ਇਹ ਗਾਨੀ ਪਾਸੀ ਫਾ ਇਹ ਚੂੜਾ ਬਾਮ ਰੋੜਸੀ ਇਹ ਕੰਠਾ ਕਟਸੀ ਸਾ ਤਾਂ ਇਸ ਦੇ ਨਾਲ ਵੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਨਾ ਤੇ ਅਗਲੀ ਵੀਡੀਓ ਤੱਕ ਅੱਲਾ ਹਾਫਿਜ਼